ਤੁਹਾਡੇ ਵਿੱਚ ਕਿਹੜੇ ਹੱਥੂ ਜੇ ਜਿਹੜਾ ਨਮਾਜ਼ ਨਹੀਂ ਪੜ੍ਹਦਾ ਉਹ ਜਹਾਜ਼ਾਂ 'ਤੇ ਚੜਾ ਵਾ। ਕਾਰੀ ਸਾਹਿਬ ਫਰਮਾਉਂਦੇ ਪੈਣ ਬਈ ਫਲਾਣੀ ਸ਼ਾਇ ਹੋ ਸੀ ਅਤੇ ਫਲਾਣੀ ਸ਼ਾਇ ਹੋ ਸੀ ਅਤੇ ਫਲਾਣੀ ਸ਼ਾਇ ਹੋ ਸੀ ਹੋ ਸੀ ਤਾਂ ਜਿਹੜਾ ਨਾ ਆਖੋ ਹੇ ਚਲੋ ਹਾਂ ਇਹ ਸਾਰੀਆਂ ਚੀਜ਼ਾਂ ਹਨ ਹੋ ਸੀ ਗਿਆ ਬਹਰਾਲ ਹਾਂ। ਹੁਣੇ ਮੇਰੇ ਨਾਥ ਖਾਂ ਆਇਆ ਵਾ ਸੁਣਿਆ ਆਪ ਉਹ ਮੇਰੇ ਪਹਿਲੇ ਉਹ ਉਡੂ ਜਲਾਲਪੁਰ ਪੀਰ ਵਾਲੇ ਵਿੱਚ ਆਦਾ ਪੇ ਮੈਂ ਜਲਾਲਪੁਰ ਪੀਰ ਵਾਲੇ ਵਿੱਚ ਬਹਰਾਲ ਅੱਲਾ ਸਾਹਿਬ ਦੀ ਹਾਜ਼ਰੀ ਨੂੰ ਸਫ਼ਰ ਕਬਲੀਤਾ ਫਰਮਾ ਉਹ ਕਾਰੀ ਅੱਲਾ ਦਿੱਤਾ ਸਾਹਿਬ ਹੁੰਦਾ ਹੈ ਕੁਰੇਜਾ ਸਾਹਿਬ ਉਹ ਆਦਾ ਇਹ ਸਾਰੇ ਪੈਰਾਸ਼ੂਟ ਆਵੇ ਜਿੱਥੇ ਵਜੋਂ ਪੈਰਾਸ਼ੂਟ ਆਵੇ ਮੇਰਾ ਅੱਲਾ ਕਬੂਲ ਮੰਜ਼ੂਰ ਫਰਮਾਵੇ ਸਾਰਿਆਂ ਨੂੰ ਖੁਦਾ ਲਈ ਇਹਦੇ ਵਿੱਚ ਜਿਤਨੇ ਵੀ ਹਨ ਸਭ ਨੂੰ ਇਹ ਕਾਇਨਾਤ ਦੇ ਵਿੱਚ ਖੁਦਾ ਸੰਭਾਲੀ ਖੜਾ ਬਸ ਉਹਦੇ ਕੋਈ ਇਲਾਵਾ ਵੀ ਅਕਾ ਇਨਸਾਨ ਦੀ ਤਾਕਤ ਕੋਈ ਨਹੀਂ ਕਿ ਉਹ ਮਖਲੂਕ ਨੂੰ ਸੰਭਾਲੇ ਇਹ ਤਾਂ ਖਾਲਿਕ ਦਾ ਕੰਮ ਹੈ ਜਿਹੜਾ ਮਖਲੂਕ ਨੂੰ ਸੰਭਾਲੀ ਖੜਾ ਉਹਦੇ ਬਗੈਰ ਕੋਈ ਨਹੀਂ ਸੰਭਾਲ ਸਕਦਾ ਹਾਂ ਜਿਹੜਾ ਵੀ ਉਹ ਕੋ ਸਜਦਾ ਦਿੰਦਾ ਤਾਂ ਹੀ ਉਹ ਸੰਭਾਲੀ ਖੜਾ ਅਤੇ ਨਹੀਂ ਦਿੰਦਾ ਤਾਂ ਹੀ ਸੰਭਾਲੀ ਖੜਾ ਜੀਂਦਿਆਂ ਤਾਂ ਹੀ ਉਹ ਲਈ ਖੜਾ ਸਭ ਮਖਲੂਕ ਨੂੰ ਅਤੇ ਅੱਛਾ ਅਸਾਂ ਗਿਣਦੇ ਹਾਂ ਨਾ ਪ੍ਰੋਗਰਾਮ ਦੇ ਉੱਤੇ ਅਤੇ ਪੰਜਾਬ ਬੰਦਾ ਆਇਆ ਇਹ ਵਾਰ ਰੋਟੀ ਖਾਸੀ ਉਹ ਗਿਣ 'ਤੇ ਦੇਣੇ ਆ ਲੇਕਿਨ ਉਹ ਬਗੈਰ ਗਿਣਨ 'ਤੇ ਦੇਣੇ ਉਹ ਕਦਾ ਊਂ ਇਹ ਨਹੀਂ ਫਰਮਾਇਆ ਕਿ ਮੈਂ ਗਿਣਤੀ ਕਰਾਵਾਂ ਜਿਬਰੀਲ ਅਲੈਹਿਸ ਸਲਾਮ ਕੋਲੋਂ ਮਾਈਕਲ ਅਲੈਹਿਸ ਸਲਾਮ ਕੋਲੋਂ ਉਲੂਲ ਆਜ਼ਮ ਫਰਿਸ਼ਤਿਆਂ ਕੋਲੋਂ ਕਿ ਇਹ ਮੇਰੀ ਮਖਲੂਕ ਦੀ ਗਿਣਤੀ ਕਰਨ ਬਈ ਕਿਤਨੇ ਬੰਦੇ ਹਨ ਅਤੇ ਤਾਂ ਕਿ ਉਹਨਾਂ ਦਾ ਇੰਤਜ਼ਾਮ ਫਰਮਾਇਆ ਜੋ ਖੁਦਾ ਹੁੰਦਾ ਉਹ ਬਗੈਰ ਗਿਣਤੀ 'ਤੇ ਦੇਵੇ ਅਤੇ ਬਗੈਰ ਗਿਣੇ ਦੇ ਖਾਲਿਕ ਕਾਇਨਾਤ ਦਾ ਫਜ਼ਲ ਕਰਮ ਹੈ ਅਗਰ ਮਖਲੂਕ ਹੀ ਗਿਣ 'ਤੇ ਦੇਵੇ ਤਾਂ ਵੱਲ ਖਾਲਿਕ ਹੀ ਗਿਣੇ ਵੱਲ ਅੱਲਾ ਅਤੇ ਮਖਲੂਕ ਦੇ ਵਿੱਚ ਕਿਆ ਫਰਕ ਕੋਈ ਨਾ ਕੋਈ ਫਰਕ ਤਾਂ ਹੋਣਾ ਚਾਹੀਦਾ ਹੈ ਖਾਲਿਕ ਅਤੇ ਮਖਲੂਕ ਦੇ ਵਿੱਚ ਮੇਰੇ ਬਜ਼ੁਰਗੋ ਦੋਸਤੋ ਭਾਈਓ ਉਹ ਉਹਦੀ ਮਸ਼ੀਅਤ ਜੇ ਕੋਈ ਜਿਤਨਾ ਦੇਵੇ ਉਹ ਦਿੰਦਾ ਹੈ ਅਤੇ ਊਂ ਦੇਵਣਾ ਇਹ ਉਹਦਾ ਉਹ ਇੰਨਾ ਲਾਲਾ ਕੁਲੇ ਸ਼ਹਿਨ ਕਦੀਰ ਹੈ ਜਿਤਨਾ ਕਹਿ ਨੂੰ ਦੇਵੇ ਦੇਂਦਾ ਹੈ ਲੇਕਿਨ ਯਾਦ ਰੱਖੋ ਅਗਰ ਕਹਿ ਨੂੰ ਬਣਾਵੇ ਤਾਂ ਵੱਲ ਫਰਿਸ਼ਤਿਆਂ ਕੋਲੋਂ ਮਸ਼ਵਰਾ ਜ਼ਰੂਰ ਗਿਣਦਾ ਖਾਲਿਕ ਕਾਇਨਾਤ ਕਿ ਮੈਂ ਇਨਸਾਨ ਨੂੰ ਬਣਾਉਣ ਚਾਹੁੰਦਾ ਤਾਂ ਤੁਸੀਂ ਇਹਦੇ ਬਾਰੇ ਵਿੱਚ ਕੋਈ ਫਰਿਸ਼ਤੇ ਹੋ ਮੈਂ ਕੋਈ ਮਸ਼ਵਰਾ ਦਿਓ ਇਹ ਕਿਵੇਂ ਰਾਸੀ ਲੇਕਿਨ ਇਹ ਯਾਦ ਰੱਖੋ ਜਿਸ ਵਕਤ ਪਿਆਰੇ ਮਹਿਬੂਬ ਦੁਹਾਂ ਜਹਾਨਾਂ ਦੇ ਮਤਲੂਬ ਰਹਿਮਤ ਦੁਆਲਮ ਨੂਰ ਮੁਜੱਸਮ ਸਰਵੇ ਕਾਇਨਾਤ ਸਲਾਮ ਦਾ ਮਿਲਾਦ ਦਾ ਵਕਤ ਆਇਆ ਜਾਂ ਮਿਰਾਜ ਦਾ ਵਕਤ ਆਇਆ ਅੱਲਾ ਕਾਹ ਕੋਲ ਨਹੀਂ ਪੁੱਛਿਆ ਖਾਲਿਕ ਕਾਇਨਾਤ ਕਾਹ ਕੋਲ ਮਸ਼ਵਰਾ ਨਹੀਂ ਕੀਤਾ ਕਿ ਮੈਂ ਆਪਣੇ ਮਹਿਬੂਬ ਨੂੰ ਮਿਲਾਦ ਕਰਾਵਾਂ ਜਾਂ ਨਾ ਕਰਾਵਾਂ ਮਿਰਾਜ ਕਰਾਵਾਂ ਜਾਂ ਨਾ ਕਰਾਵਾਂ ਮਾਲੂਮ ਥਿਆ ਕਿ ਉਹਦਾ ਮਹਿਬੂਬ ਬੇਮਿਸਲ ਬੇਮਿਸਾਲ ਆਏ ਲਿਹਾਜ਼ਾ ਉਹ ਮਹਿਬੂਬ ਦਾ ਮਿਰਾਜ ਹੋਵੇ ਅਤੇ ਮਿਲਾਦ ਹੋਵੇ ਉਹ ਵੀ ਬੇਮਿਸਲ ਅਤੇ ਬੇਮਿਸਾਲ ਇੱਕ ਲੱਖ 24,000 ਕਮੋ ਬੇਸ਼ ਅੰਬੀ ਆਲਮ ਸਲਾਮ ਦੀ ਜਮਾਤ ਕਸੀਰਾ ਈ ਦੁਨੀਆ ਦੇ ਰੁਸ਼ਦ ਹਿਦਾਇਤ ਵਾਸਤੇ ਤਸ਼ਰੀਫ ਆਵਰੀ ਹੋਈ ਉਹ ਸਾਰੇ ਨਬੀਆਂ ਰਸੂਲਾਂ ਦੇ ਮਿਲਾਦ ਵੀ ਹਨ ਸਾਰੇ ਨਬੀਆਂ ਰਸੂਲਾਂ ਦੇ ਮੁਖਤਲਿਫ ਮਿਰਾਜ ਵੀ ਹਨ ਲੇਕਿਨ ਇਹੀ ਦੁਨੀਆ ਦੇ ਵਿੱਚ ਉਹਨਾਂ ਦੇ ਮਿਲਾਦ ਇਥਾਈ ਉਹਨਾਂ ਦੇ ਮਿਰਾਜ ਯਾਦ ਰੱਖੋ ਪਿਆਰੇ ਮਹਿਬੂਬ ਅਲੈਹਿਸ ਸਲਾਮ ਦਾ ਇਹ ਯਾਦ ਰੱਖੋ ਕਿ ਆਪ ਦਾ ਮਿਲਾਦ ਇੱਥੇ ਸੀ ਹੈ ਦੁਨੀਆ ਦੇ ਵਿੱਚ ਆਪ ਦਾ ਮਿਲਾਦ ਇਹ ਦੁਨੀਆ ਵਿੱਚ ਸੀ ਹੈ ਕਿਉਂ ਹੀ ਵਾਸਤੇ ਸੀ ਹੈ ਅਗਰ ਇਹ ਦੁਨੀਆ ਵਿੱਚ ਅੱਲਾ ਸਾਈਂ ਦੀ ਮਸ਼ੀਅਤ ਹੋਵੇ ਤਾਂ ਆਪ ਦਾ ਮਿਲਾਦ ਵੀ ਉਡਾ ਹੀ ਸੀ ਵਿਆ ਜਿੱਥੋਂ ਦਾ ਮਿਰਾਜ ਸੀ ਹੈ ਸਮਝ ਆਈ ਕਿ ਆਪ ਦਾ ਮਿਲਾਦ
ਵੀ ਉਥਾਈ ਸੀ ਵਿਆ ਜਿੱਥੇ ਲਾ ਮਕਾਨਾਂ ਦੇ ਉੱਤੇ ਆਪ ਨੂੰ ਮਿਰਾਜ ਅਤਾ ਫਰਮਾਇਆ ਗਈ ਹੈ। ਉਹ ਅਗਰ ਉਡਾ ਹੀ ਥੀਂਦਾ ਮਿਲਾ ਤਾਂ ਤੁਸਾਂ ਸਾ ਮਿਲਾਦ ਕਿਵੇਂ ਕਰੂੰਗਾ? ਸਮਝ ਆਈ? ਤੁਹਾਡੇ ਸਾਰੇ ਵਾਸਤੇ ਬੜਾ ਮਸਲਾ ਹੈ। ਤਾਂ ਲਿਹਾਜ਼ਾ ਖਾਲਿਕ ਕਾਇਨਾਤ ਨੇ ਫਰਮਾਇਆ, ਮੇਰੇ ਮਹਿਬੂਬ ਇਥਾਈ ਦੁਨੀਆਂ ਦੇ ਵਿੱਚ ਤੁਹਾਡਾ ਮਿਲਾਦ ਹੋ ਸੀ ਮੱਕਾ ਮੁਕਰਮਾ ਦੀ ਸਰਜ਼ਮੀਨ ਦੇ, ਲੇਕਿਨ ਇਥਾਈ ਮਿਲਾਦ ਹੋ ਸੀ, ਲੇਕਿਨ ਇਥਾਈ ਧਰਤੀ ਦੇ ਉੱਤੇ ਹੋ ਸੀ, ਹੀ ਜ਼ਮੀਨ ਤੇ ਹੋ ਸੀ, ਲੇਕਿਨ ਸਾਰੇ 1,24,000 ਕਮੋ ਬੇਸ਼ ਅੰਬੀਆ ਅਲੈਹਿਮ ਸਲਾਮ ਦੀ ਜਮਾਤ ਕਸੀਰਾ ਸਾਰਿਆਂ ਦਾ ਮਿਲਾਦ ਰਲਾਓ ਇੱਕ ਪਾਸੇ, ਮਹਿਬੂਬ ਦਾ ਸਿਰਫ ਆਪਣੀ ਅੰਮਾ ਸੈਣ ਦੇ ਪੇਟ ਦੇ ਵਿੱਚ ਬਤਨ ਮੁਬਾਰਕ ਵਿੱਚ ਆਵਣ ਇੱਕ ਪਾਸੇ। ਲੋਕ ਆਦਨ ਮਿਲਾਦ ਕਿਉਂ ਕਰੇ ਦੇਵੇ ਤੇ ਵਾਲ ਆਦਨ ਮਿਰਾਜ ਦਾ ਜਲਸਾ, ਤੁਹਾਡਾ ਕਿਆ ਮਤਲਬ ਤੇ ਮਿਲਾਦ? ਬਈ ਉਹ ਸਾਰਾ ਮਤਲਬ ਹੀ ਵਾਸਤੇ ਸਾਰਾ ਨਬੀ ਤਾਂ ਹੋਏ, ਜਿਹਦਾ ਕਲਮਾ ਪੜ੍ਹਦੇ ਆ ਉਹਦਾ ਮਿਲਾਦ ਹੀ ਨਾ ਕਰੋ। ਉਹ ਬਾਈ ਜਿਹਦਾ ਕਲਮਾ ਪੜ੍ਹਦੇ ਹੈ, ਜੇ ਕੋਈ ਨਬੀ ਔਰ ਰਸੂਲ ਤਸਲੀਮ ਕਰੇ ਨੇ ਜਿਹੜੀ ਜ਼ਾਤ ਨੂੰ, ਉਹਦਾ ਮਿਲਾਦ ਹੀ ਨਾ ਪੜ੍ਹੋ, ਮਿਲਾਦ ਹੀ ਨਾ ਕਰੋ, ਤਵਲ ਕਿਹੜੇ ਨਬੀ ਦਾ ਮਿਲਾਦ? ਤਾਂ ਲਿਹਾਜ਼ਾ ਇਹ ਸਾਡੀ ਕੁਛ ਖੁਸ਼ਕਿਸਮਤੀ ਹੈ, ਇਹ ਉਹਦਾ ਇਹਸਾਨ ਅਜ਼ੀਮ ਹੈ ਕਿ ਖਾਲਿਕ ਕਾਇਨਾਤ ਨੇ ਤੁਹਾਕੂ ਸਾਕੂ ਸਿਰਫ ਇਹ ਤੌਫੀਕ ਅਤਾ ਫਰਮਾਈਏ ਕਿ ਮਿਲਾਦ ਵੀ ਸੁਨੀ ਕਰਨ ਅਤੇ ਮਿਰਾਜ ਵੀ ਸੁਨੀ ਕਰਨ। ਅਸਾਂ ਕਹਿ ਨੂੰ ਨਹੀਂ ਆਖਦੇ ਬਈ ਤੁਸੀਂ ਮਿਲਾਦ ਕਰੋ, ਹੁਣ ਮੈਂ ਕਹਿ ਨੂੰ ਆਖਿਆ ਬਈ ਵੋਟ ਦਿਓ ਸੈਦਾਂ ਨੂੰ ਜਾਂ ਨਾ ਲਿਓ, ਮੈਂ ਕਹਿ ਨੂੰ ਗੱਲ ਕੀਤੀ, ਇੰਝ ਗਾਲ ਆ ਗਈ। ਅੱਛਾ ਇੱਕ ਪਾਸੋਂ ਸਈਆ ਦੇਣ, ਬਾਏ ਪਾਸੋਂ ਗੈਰ ਸਈਆ ਦੇਣ, ਜਿਹੜੇ ਤੁਹਾਡੀ ਮਰਜ਼ੀ ਜੇ ਗੁੱਡਿਓ, ਮੈਂ ਕਰਾਂ ਕਹਿ ਨੂੰ ਨਹੀਂ ਆਖ। ਅੱਛਾ ਬਹਰਹਾਲ ਤਾਂ ਮੈਂ ਇੱਕ ਅਰਜ਼ ਕਰੇਂਦਾ ਪਿਆ ਮੀ ਕਿ ਅਸਾਂ ਕਹਿ ਨੂੰ ਆਖਿਆ ਮਿਲਾਦ, ਜਿਹੜਾ ਕਰੇਂਦਾ ਠੀਕ ਕਰੇਂਦਾ, ਜਿਹੜਾ ਮਿਲਾਦ ਨਹੀਂ ਕਰੇਂਦਾ ਨਹੀਂ ਕਰੇਂਦਾ। ਅਸਾਂ ਤਾਂ ਕਲਾਂ ਕਹਿ ਨੂੰ ਮਜਬੂਰ ਨਹੀਂ ਕੀਤਾ ਕਿ ਵਾਕਈ ਅਸਲ ਚੀਜ਼ ਇਹ ਕਿ ਉਹ ਲੋਕ ਸੋਚੇ ਨੇ ਬਈ ਇਹ ਇਤਨਾ ਖਰਚਾ ਤਾਂ ਮਿਲਾ ਤੇ ਕਰੇ ਨੇ ਤਾਂ ਇਹੋ ਸਾਰਾ ਖਰਚਾ ਇਹ ਸਾਡੇ ਕੋਲੋਂ ਆ ਵਾਂ, ਬਈ ਭਾਵੇਂ ਕੁਝ ਥੀ ਵਾਂ, ਅਸਾਂ ਮਿਲਾਦ ਕਰੇ ਸੂੰ ਤੂੰ ਆਗੂ ਕੈਸਾ ਨਹੀਂ ਸਜੇਂਦੇ, ਅਲਬਤਾ ਜਿਹੜਾ ਕੁਝ ਪਕਸੀ ਤੁਸਾਂ ਆ ਵਾਂ ਖਾ ਗਏ। ਮਿਲਾਦ ਹੋਵੇ ਮਿਰਾਜ ਹੋਵੇ, ਸਾਡੇ ਪਿਆਰੇ ਮਹਿਬੂਬ ਨੂੰ ਹਾਂ ਜਹਾਨਾ ਦੇ ਮਤਲੂਬ ਰਹਿਮਤ ਦੁ ਆਲਮ ਨੂਰ ਮੁਜੱਸਮ ਸਰਵੇ ਕਾਇਨਾਤ ਫਖਰ ਮੌਜੂਦਾ ਰਹਿਮਤ ਦੁ ਆਲਮ ਸੱਸਲਮ ਨੂੰ ਅੱਲਾ ਸਾਈ ਨੇ ਐਸੀ ਸ਼ਾਨ ਅਤਾ ਫਰਮਾਈਏ। ਵੱਲ ਹੁਣ ਆਪ ਅੰਦਾਜ਼ਾ ਕਰੋ ਕਿ ਸਰਕਾਰ ਇੱਥੋਂ ਗਏ ਮਿਰਾਜ ਦੇ, ਮਿਰਾਜ ਦੇ ਆਪ ਤਸ਼ਰੀਫ ਲੈ ਗਏ ਤਾਂ ਆਪ ਦੀ ਸਵਾਰੀ ਜਿਵੇਂ ਆਈ ਬੁਰਾਕ ਰਫ ਰਫ ਵਾਲੋ ਸਵਾਰੀ, ਦੱਸੋ ਇਹ ਬਿਲਾ ਤਮਸੀਲ ਮਾਦ ਕਰਾਂ ਬਾਜ਼ੇ ਇਲਾਕੇ ਹਨ ਬਈ, ਹੁਣ ਜਿਵੇਂ ਕਾਂਗੋ ਅਫਰੀਕਾ ਦੇ ਵਿੱਚ ਉੱਥੇ ਸਫ਼ਰ ਇੰਨਾ ਹੁੰਦਾ, ਕੁਝ ਸਫ਼ਰ ਜਹਾਜ਼ 'ਤੇ ਕੀਤਾ ਜਾਂਦਾ, ਕੋਈ ਬੈਰੀ ਜਹਾਜ਼ 'ਤੇ ਕੀਤਾ ਜਾਂਦਾ, ਕੋਈ ਰੋਡ ਬਾਈ ਰੋਡ ਕੀਤਾ ਜਾਂਦਾ, ਤਾਂ ਵੇਲੇ ਮੰਜ਼ਿਲ ਮਕਸੂਦ ਤਾਂ ਬੰਦੇ ਪਹੁੰਚ। ਤਾਂ ਬਿਲਾ ਤਮਸੀਲ ਮੈਂ ਆਦਮ ਬਈ ਇਹ ਸਫ਼ਰ ਕਿਹੋ ਜਿਹਾ ਆਏ ਕਿ ਉਹ ਸਫ਼ਰ ਵਾਸਤੇ ਮਿਰਾਜ ਵਾਸਤੇ ਬੁਰਾਕ ਦੀ ਵੀ ਜ਼ਰੂਰਤ ਆਈ, ਵੱਲ ਬੁਰਾਕ ਦੀ ਹੁਣ ਜ਼ਰੂਰਤ ਨਹੀਂ ਰਹੀ, ਵੱਲ ਰਫ ਰਫ ਆ ਗਈ, ਵੱਲ ਰਫ ਰਫ ਦੀ ਜ਼ਰੂਰਤ ਆਈ, ਯਾਨੀ ਬੁਰਾਕ ਜਿਹੀ ਸਵਾਰੀ ਦੀ ਜ਼ਰੂਰਤ ਆਈ, ਉਹਦੇ ਬਾਅਦ ਰਫ ਰਫ ਜਿਹੀ ਸਵਾਰੀ ਦੀ ਜ਼ਰੂਰਤ ਆਈ, ਵੱਲ ਐਸਾ ਵੱਲ ਐਸੀ ਸੈਰ ਆਈ ਕਿ ਉੱਥੇ ਨਾ ਰਫ ਰਫ ਕੰਮ ਕਰਦਾ ਆਈ ਨਾ ਬੁਰਾ ਕੰਮ ਕਰਦਾ ਆਈ, ਉੱਥੇ ਸਿਰਫ ਮਹਿਬੂਬ ਮੁਸਤਫਾ ਕੰਮ ਕਰ।
यानी इथाई मैल करा सैर खत्म नहीं थी, बुराक तो बाद खत्म नहीं थी, सैर रफ रफ तो बाद खत्म नहीं थी, बल्कि सैर तो अगहा गई है ना। सरकार दुआलम नूर मुजस्सम सर्वे कैनात फख्र मौजूदा रहमत दुआलम सलम फरमाया एता बुराक तो हर कहन पता लग गई है, रफ रफ का भी पता लग गई है, एडू सवारियों की पता लग गई है। फरमाया होन कोई ऐसा सैर ऐसी जात है जिथे जाता तस्वर कोई नहीं, जिथे जगह का तस्वर आई उत्थे बुराक का तस्वर आई, जिथे जगह का तस्वर आई उत्थे रफ रफ का तस्वर आई। हुण ऐसी जगह है जिथे जगह का भी तस्वर नहीं तुरी सकता, ऊ सैर गाह का कोई बयान भी नहीं कर सकता। फरमाया ही वास्ते कि ऊ वाले आए महबूब तुसा आओ पाए तो महबूब के नाल जिबरील भी रुक गए, मिकाइल भी रुक गए, वो उथाई खड़ो गए, सरकार सदर मुंतहा तक खड़ो गए, लेकिन सरकार अगहा गए। मालूम थी है कि महबूबे पाक सलाम अगहा वे पन, मालूम थी ना ये जगह डिठी हुई है, ये सैरगाह सरकार ने डिठी हुई है। हाँ ये डिठी हुई ना होती तो कोई तो नाल वे आना है? कोई नाल गया, सरकार कले गए ही। वैसे आपने फरमाया आना अव्वल उल आबिदीन, आना अव्वल उल मुस्लिमीन, मैं सब तू पहला मुस्लिम, मैं सब तू पहला आबिदा। ये चीज है कि मैं सरकार दो आलम सल्लल्लाहु अलैहि वसल्लम ने फरमाया खुदा खुदा हाई खुदा है खुदा हो सी, लेकिन खुदा नू सजदा करने वाला, खुदा की इबादत करने वाला, खुदा नू खुदा मनने वाला, वहदहू ला शरीक आखने वाला सब तू पहले मखलूक जो मैं हाँ। क्यों है, क्यों महबूब पाक अलैहि सलाम ई वास्ते सरकार दो आलम नूर मुजस्सम सर्वे कायनात सलाम ई वास्ते आप सब तू पहले आप तू भी हैं, सब तू पहले मुस्लिम भी हैं। क्यों हैं ई वास्ते हैं कि वल अल्लाह साईं दी ये मशीयत खालिक कायनात चाहता है कि ई दुनिया दे विच अगर मैं को सब तू पहले पहले देखे तो महबूब देखे, अगर इबादत करे मैं को वादहू ला शरीक अगर मने तो महबूब देखें, महबूब मनन। लिहाजा सारी मखलूक नो इया वजह है कि 1,24,000 कमो बेश अंबिया अलैहिम सलाम दी जमात कसीरा उन्हें अल्लाह दी वहदानियत दा बयान किया, उम्मत उम्मत आखा जी मामला है तुसा ऊ जात का ना गिनते वे जी जात नजर नहीं आती, आते वे हुकू एक मानते उनकी इबादत करो, हुकू सजदा करो, असा तो हुकू सजदा करे सू जेड़ा नजर आस, असा तो हुकू सजदा करे सू जेड़ा अगर चंद नजर आसे चंद नू सजदा करे सू, सिज नजर आसे सिज तू सजदा करे सू, दरख्त नजर आंदा तो दरख्त नू सजदा करे सू, अगर पहाड़ नजर आंदे तो पहाड़ नू सजदा करे, अगर भार नजर आंदी तो भार नू सजदा करे सू। या तो खुदा सामने आवे जैदा तुसा फरमाइंदे वे अंबिया अलैहि सलाम नू उम्मता ने आख्या कि वाद उला शरीक इबादत लगी, या तो सामने आवे, लेकिन जेवे सरकार दो आलम नूर मुजस्सम सर्वे कैनात फख्र मौजूदात रहमत दो आलम सलम वापस आए, आपने फरमाया वो बिना दे सुन दे आवे नबिया रसूलों दे वो अल्लाह नू वाहदहू ला शरीक मनेंदे हन, तो आकू फरमाइंदे हन अपनी उम्मता नू तुसा उकू ऊ जात नू वाहदहू ला शरीक मनो, लेकिन वो सिरे सुनी सुनाई आई मेरी देखी दिखाई है, समझ आई कोई मैं अर्ज कर गया, ओ खुदा नू वाहदहू ला शरीक सुनी सुनाई है ते मैं देखी दिखाई है, मैं वाकई देख आया कि वो खुदा वाकई कल्ला है, ते वो खुदा हिको आजाद है इबादत लायक वो आजाद है, ते उनके बगैर कोई सजदे दे लायक कोई नहीं, क्यों सजदे दे लायक कोई नहीं ई वास्ते कोई नहीं, क्यों
ਇਹ ਵਾਸਤੇ ਕੋਈ ਨਹੀਂ ਕਿ ਵੀ ਆ ਕੋਈ ਖੁਦਾ ਕੋਈ ਨਹੀਂ ਖੁਦਾ ਹਿੱਕਾ ਜ਼ਾਤ ਸਜਦੇ ਦੇ ਲਾਇਕ ਇਹ ਵਾਸਤੇ ਹੈ ਕਿ ਵੀ ਆ ਖੁਦਾ ਕੋਈ ਨਹੀਂ ਅਤੇ ਵੀ ਆ ਖੁਦਾ ਹੋ ਵੀ ਨਹੀਂ ਸਕਦਾ ਔਰ ਬੈ ਖੁਦਾ ਦੀ ਜ਼ਰੂਰਤ ਵੀ ਕੋਈ ਨਹੀਂ ਮੈਂ ਅਰਜ਼ ਕਰਾਂ ਕਿਉਂ ਇਹ ਵਾਸਤੇ ਕਿ ਮੈਂ ਤੁਹਾਨੂੰ ਅਰਜ਼ ਕਰਾਂ ਉਹ ਜਿਹੜੇ ਵੇਲੇ ਉਹ ਇੱਕੋ ਖੁਦਾ ਸਾਰਿਆਂ ਨੂੰ ਸੰਭਾਲੀ ਖੜੇ ਹਾਂ ਠੀਕ ਔਰ ਮੈਂ ਕੋਈ ਦੱਸਾਂ ਤਾਂ ਸਹੀ ਤੁਹਾਡੇ ਵਿੱਚੋਂ ਕਿਹੜੇ ਹੱਥੂ ਜੇ ਜਿਹੜਾ ਨਮਾਜ਼ ਨਹੀਂ ਪੜ੍ਹਦਾ ਉਹ ਜਹਾਜ਼ਾਂ 'ਤੇ ਚੜ੍ਹਾ ਵਧਾ ਜਿਹੜਾ ਨਮਾਜ਼ ਪੜ੍ਹਦਾ ਉਹ ਬੰਨੀ ਹੋਈ ਸਾਈਕਲ 'ਚ ਆਈ ਵਧਾ ਮੈਂ ਅਰਜ਼ ਕਰਾਂ ਤਾਂ ਬਹਰਹਾਲ ਭਾਵੇਂ ਉਹਦੀ ਇਬਾਦਤ ਕਰੇ ਦੇਣ ਜਾਂ ਨਹੀਂ ਕਰੇ ਦੇ ਪੰਜ ਵਕਤ ਦੀ ਨਮਾਜ਼ ਪੜ੍ਹਦੇ ਨਹੀਂ ਜਾਂ ਨਹੀਂ ਪੜ੍ਹਦੇ ਲੇਕਿਨ ਉਹ ਸਾਰਿਆਂ ਨੂੰ ਸੰਭਾਲੀ ਖੜ੍ਹੇ ਤਾਂ ਵਾਲੋ ਹਿੱਕਾ ਜ਼ਾਤ ਐਸੀ ਹੈ ਰਿਜ਼ਕੀ ਦਿੱਤੀ ਖੜ੍ਹੇ ਔਲਾਦ ਦਿੱਤੀ ਖੜ੍ਹੇ ਹਿੰਮਤ ਵੀ ਦਿੱਤੀ ਖੜ੍ਹੇ ਤਾਕਤ ਵੀ ਦਿੱਤੀ ਖੜ੍ਹੇ ਤੰਦਰੁਸਤੀ ਵੀ ਦਿੱਤੀ ਖੜ੍ਹੇ ਸਿਹਤ ਵੀ ਦਿੱਤੀ ਖੜ੍ਹੇ ਸਾਰਾ ਕੁਝ ਸਵੇਰੇ ਸ਼ਾਮ ਤੁਹਾਡੀ ਇੱਜ਼ਤ ਵੀ ਹੈ ਤੁਹਾਡੀ ਕਦਰ ਵੀ ਹੈ ਕੋਈ ਅੰਮਾ ਹੈ ਕੋਈ ਬਾਬਾ ਹੈ ਕੋਈ ਚਾਚਾ ਹੈ ਕੋਈ ਬਜ਼ੁਰਗ ਡਾਡਾ ਹੈ ਕੋਈ ਜ਼ਿੰਮੇਦਾਰ ਹੈ ਕੋਈ ਸਰਮਾਇਆਦਾਰ ਹੈ ਪਰ ਮੈਂ ਅਰਜ਼ ਕਰਾਂ ਇਹ ਨਮਾਜ਼ ਜ਼ਰੂਰੀ ਹੈ ਫਰਜ਼ ਜ਼ਰੂਰੀ ਪੈਸੇ ਵੀ ਦਿਓ ਇਹ ਤਾਵੋਂ ਨੇ ਖੁਦਾ ਦੇ ਘਰ ਨਾਲ ਤਾਵੋਂ ਨੇ ਕਿ ਇਮਦਾਦ ਹੀ ਕਰੋ ਤਾਵੋਂ ਨਹੀਂ ਕਰੋ ਨਮਾਜ਼ ਹੀ ਪੜ੍ਹੋ ਇਹ ਵੀ ਤਾਵੋਂ ਨੇ ਬਰ ਅੱਲਾ ਸਹੀ ਸਾਰਿਆਂ ਨੂੰ ਹਿੰਮਤ ਕੁਵਤ ਤਾਂ ਫਰਮਾਵੇ ਮਾਸ਼ਾਅੱਲਾ ਸਾਡੇ ਵਿੱਚ ਬਹੁ ਹਜ਼ਰਾਤ ਹਨ ਜਿਹੜੇ ਇਹ ਚੀਜ਼ ਦੇ ਨਮਾਜ਼ਾਂ ਹੀ ਪੜ੍ਹਦੇ ਹਨ ਕਈ ਮਲਿਕ ਸਾਹਿਬਾਨ ਹੀ ਦੁਨੀਆ ਫਾਨੀ ਚਲੇ ਗਏ ਹਨ ਸਾਰਿਆਂ ਵਾਸਤੇ ਦੁਆ ਮਗਫਰਤ ਹੈ ਅੱਲਾ ਸਹੀ ਸਭ ਦੇ ਦਰਜਾਤ ਬੁਲੰਦ ਫਰਮਾਵੇ ਹਾਂ ਮੈਂ ਕੋ ਯਾਦ ਹੈ ਜਿਹਨਾਂ ਨੇ ਪਲਾਟ ਮਲਿਕ ਮੁਹੰਮਦ ਆਰਿਫ ਸਾਹਿਬ ਨੇ ਦਿੱਤਾ ਤਾਂ ਲਾਹੌਰ ਦਾਖਲ ਥੀ ਗਿਆ ਹਸਪਤਾਲ ਉੱਥੋਂ ਨਾ ਫੋਨ ਕੀਤਾ ਮਲਿਕ ਜ਼ਹੂਰ ਸਾਹਿਬ ਨੂੰ ਬਈ ਜਲਦੀ ਵਞੋ ਮੈਂ ਹਾਲੀ ਬੁਲੇਂਦਾ ਚੱਲੇਂਦਾ ਪਿਆ ਅਤੇ ਪੀਰੋ ਨੂੰ ਛੱਡ ਆਓ ਬਈ ਊਂ ਪਲਾਟ ਦੇ ਉੱਤੇ ਮਸਜਿਦ ਦੀ ਸੇਲ ਰੱਖ ਗਈ ਨਾ ਤਾਂ ਕਿ ਮੈਂ ਸੁਣੀ ਵਜਾਂ ਪਤਾ ਮੇਰੇ ਨਾਲ ਪਤਾ ਕੀ ਬਣੇ ਅਤੇ ਬਹਰਹਾਲ ਮੈਂ ਸੁਣੀ ਵਜਾਂ ਕਿ ਜਿਹੜਾ ਮੈਂ ਪਲਾਟ ਦਿੱਤਾ ਹੈ ਉਹ ਵਾਕਈ ਤਾਮੀਰ ਸ਼ੁਰੂ ਥੀ ਗਈ ਬਹਰਹਾਲ ਇਹ ਚੀਜ਼ ਦੇ ਪਾਸੇ ਲਗਾਓ ਮਾਸ਼ਾਅੱਲਾ ਅੱਲਾ ਕਬੂਲੋ ਲੇਕਿਨ ਵੱਡਾ ਵੱਡੇ ਬਜ਼ੁਰਗ ਤਾਂ ਮਲਿਕ ਸ਼ੇਰ ਮੁਹੰਮਦ ਸਾਹਿਬ ਅੱਲਾ ਸਾਹਿਬ ਉਹਨਾਂ ਦੇ ਗਰੀ ਕਰਾਮਦ ਕਰੇ ਹਾਲਾਂਕਿ ਸਾਹ ਦੀ ਤਬੀਅਤ ਸਾਰਾ ਸਾਦਗੀ ਦੇ ਵਿੱਚ ਉਹ ਇਹ ਪਹਿਲੇ ਜ਼ਮੀਨ ਦੇ ਗਏ ਮਸਜਿਦ ਦੀ ਇਹ ਉਹਨਾਂ ਦੀ ਬੜਾ ਸਾਦਗੀ ਦੇ ਵਿੱਚ ਉਹ ਨੇਕੀ ਕਰ ਗਏ ਨਾ ਕੋਈ ਕਰੋ ਫਰ ਨਾ ਕੋਈ ਉਹ ਹਰ ਵੇਲੇ ਥਾਈਂ ਬੋਸਨ ਰੋਡ 'ਤੇ ਕਈ ਵੇਲੇ ਇੱਡੂ ਵੱਧੇ ਹੁੰਦੇ ਹਨ ਕਈ ਵੇਲੇ ਇੱਡੂ ਵੱਧੇ ਇੰਜੇ ਨਾ ਸਾਦਾ ਬਿਲਕੁਲ ਜ਼ਿੰਦਗੀ ਗੁਜ਼ਾਰ ਗਏ ਹਾਲਾਂਕਿ ਇਤਨੀ ਜਾਇਦਾਦ ਜਿਹੜੇ ਉਹ ਮਾਲਿਕ ਹਨ ਇਹਨਾਂ ਵਿੱਚ ਕੋਈ ਮਲਿਕ ਮਾਲਿਕ ਕੋਈ ਨਹੀਂ ਉਹ ਹੁੰਦੀ ਜਾਇਦਾਦ ਦੇ ਮਾਲਿਕ ਬਣੇ ਬੈਠੇ ਹਰ ਕੋਈ ਅੱਛਾ ਬਹਰਹਾਲ ਅੱਲਾ ਸੇ ਉਹਨਾਂ ਨੂੰ ਗਰੀਕ ਰਹਿਮਤ ਕਰੇ ਉਹਨਾਂ ਨੂੰ ਅੱਲਾ ਸੇ ਉਹਨਾਂ ਦੀ ਬਖਸ਼ਿਸ਼ ਫਰਮਾਵੇ ਸਾਰਿਆਂ ਦੇ ਜਿਹਨਾਂ ਤਾਵਨ ਕੀਤਾ ਹੈ ਸਾਲਾਨਾ ਪ੍ਰੋਗਰਾਮ ਦੇ ਵਿੱਚ ਅੱਲਾ ਸੇ ਸਭ ਨੂੰ ਤਾਵਨ ਕਰਨ ਦੀ ਉਹ ਬਿਹਤਰੀਨ ਅਜਰ ਸਵਾਬ ਅਤਾ ਫਰਮਾਵੇ ਜਿਤਨੇ ਹਜ਼ਰਾਤ ਵਿੱਚ ਸ਼ਾਮਿਲ ਥਾਵੇ ਜਾਂ ਆ ਤੇ ਚੱਲੇ ਗਏ ਜਾਂ ਇਹ ਪ੍ਰੋਗਰਾਮ ਸਾਲਾਨਾ ਜਿਵੇਂ ਹੁੰਦਾ ਹੈ ਅੱਲਾ ਕਬੂਲ ਮਨਜ਼ੂਰ ਫਰਮਾਵੇ ਸਾਰਿਆਂ ਜ਼ਿੰਦਗੀ ਕਾਰੀ ਸਾਹਿਬ ਨੂੰ ਅੱਲਾ ਸਾਈਂ ਹਿੰਮਤ ਕੁਵਤ ਤਾ ਫਰਮਾਵੇ ਇਹ ਤਮਾਮ ਇੰਤਜ਼ਾਮ ਇੰਨੇ ਥੀਂਦਾ ਰਹਿ ਵਜੇ ਅੱਲਾ ਸਾਈਂ ਸਭ ਨੂੰ ਤੌਫੀਕ ਅਤਾ ਥੀਂਦੀ ਆਮੀਨ ਸੁਮ ਆਮੀਨ ਸਾਡੇ ਮੁਲਕ ਕੌਮ ਵਾਸਤੇ ਹਿਫਾਜ਼ਤ ਫਰਮਾਓ ਅੱਲਾ ਸਾਈਂ ਮੁਲਕ ਕੌਮ ਦੀ ਹਿਫਾਜ਼ਤ ਫਰਮਾਵੇ ਅਤੇ ਖੈਰ ਫਜ਼ਲ ਨਾਲ